ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਵਰੁਣ ਕੌਰ ਮਾਨ ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਸ਼ੀਮਾ ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪਰਮੰਨਿਆ ਨਾਮ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ ਬਾਈਡਨ ਨੇ H-1B ਵੀਜ਼ਾ ਕਾਮਿਆਂ ਦੇ ਤਨਖਾਹ ਨਿਰਧਾਰਨ ਦਾ ਕੰਮ 1.5 ਸਾਲ ਲਈ ਟਾਲਿਆ ਗਨ ਕਲਚਰ ਨੂੰ ਪਾਵਾਂਗੇ ਨੱਥ ਰਾਸ਼ਟਰਪਤੀ ਜੋ ਬਾਈਡਨ ਕੋਲਾਰਾਡੋ ਫਾਇਰਿੰਗ ਵਿੱਚ 10 ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ 21 ਸਾਲਾ ਇੱਕ ਵਿਅਕਤੀ ਕਾਬੂ ਅਮਰੀਕਾ ਪ੍ਰਸ਼ਾਸਨ ਵੱਲੋਂ ਤੁਹਵਰ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਹਮਾਇਤ ਬਾਈਡਨ ਦੀ ਟੀਮ ਵਿੱਚ ਭਾਰਤੀ ਮੂਲ ਦੇ ਡਾਕਟਰ ਵਿਵੇਕ ਮੂਰਤੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਦੀ ਮੁਅੱਤਲੀ 30 ਅਪ੍ਰੈਲ ਤੱਕ ਵਧੀ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ ਬਾਈਡਨ ਪ੍ਰਸ਼ਾਸਨ ਨੇ H-1B ਵੀਜ਼ਾ ਕਾਮਿਆਂ ਦੀ ਤਨਖਾਹ ਨਿਰਧਾਰਨ ਸੰਬੰਧੀ ਕੰਮ ਨੂੰ 1.5 ਸਾਲ ਤੱਕ ਲਈ ਟਾਲ ਦਿੱਤਾ ਇਸ ਦੇਰੀ ਨਾਲ ਕਿਰਤ ਵਿਭਾਗ ਨੂੰ ਕਾਨੂੰਨੀ ਅਤੇ ਨੀਤੀਗਤ ਮੁੱਦਿਆਂ ਤੇ ਵਿਚਾਰ ਕਰਨ ਦਾ ਲੋੜੀਂਦਾ ਸਮਾਂ ਮਿਲੇਗਾ ਇਸ ਮਹੀਨੇ ਦੇ ਸ਼ੁਰੂ ਵਿੱਚ ਤਨਖਾਹ ਸੰਬੰਧੀ ਨਿਰਧਾਰਨ ਨੂੰ 60 ਦਿਨਾਂ ਤੱਕ ਟਾਲੇ ਜਾਣ ਦੀ ਗੱਲ ਕਹੀ ਗਈ ਸੀ ਦੱਸਣਯੋਗ ਹੈ ਕਿ H-1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਇਹ ਵੀਜ਼ਾ ਅਮਰੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਅਜਿਹੇ ਨਿਪੁੰਨ ਕਾਮਿਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਅਮਰੀਕਾ ਵਿੱਚ ਕਮੀ ਹੈ ਇਸ ਵੀਜ਼ੇ ਦੀ ਮਿਆਦ 6 ਸਾਲ ਹੁੰਦੀ ਹੈ ਅਮਰੀਕੀ ਕੰਪਨੀਆਂ ਦੀ ਮੰਗ ਕਾਰਨ ਭਾਰਤੀ IET ਪੇਸ਼ੇਵਰ ਇਹ ਵੀਜ਼ਾ ਸਭ ਤੋਂ ਜ਼ਿਆਦਾ ਹਾਸਲ ਕਰਦੇ ਹਨ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੇ ਗਏ ਸੰਘੀ ਨੋਟੀਫਿਕੇਸ਼ਨ ਵਿੱਚ ਕਿਰਤ ਵਿਭਾਗ ਨੇ ਕਿਹਾ ਸੀ ਕਿ ਉਹ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਅੰਤ ਨਿਯਮ ਦੀ ਪ੍ਰਭਾਵੀ ਤਰੀਕ ਨੂੰ ਅੱਗੇ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਵੇ ਜਾਂ ਨਹੀਂ ਵਿਭਾਗ ਨੇ ਪ੍ਰਭਾਵੀ ਤਰੀਕੇ ਦੀ ਪ੍ਰਸਤਾਵਿਤ ਦੇਰੀ 'ਤੇ ਜਨਤਾ ਤੋਂ ਲਿਖਤੀ ਇਤਰਾਜ਼ ਮੰਗੇ ਸਨ ਜਿਸ ਦੀ ਆਖਰੀ ਤਰੀਕ 16 ਫਰਵਰੀ ਸੀ ਜਨਵਰੀ 2021 ਵਿੱਚ ਪ੍ਰਕਾਸ਼ਿਤ ਅੰਤਮ ਨਿਯਮ ਉਹਨਾਂ ਮਾਲਕਾਂ ਨੂੰ ਪ੍ਰਭਾਵਿਤ ਕਰਦੇ ਹਨ ਜੋ ਆਪਣੇ ਅਦਾਰਿਆਂ ਵਿੱਚ H-1B ਵੀਜ਼ਾ H-1B1 ਅਤੇ E-3 ਵੀਜ਼ਾ ਧਾਰਕਾਂ ਨੂੰ ਸਥਾਈ ਜਾਂ ਅਸਥਾਈ ਆਧਾਰ 'ਤੇ ਰੱਖਣਾ ਚਾਹੁੰਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕੋਲਾਰਾਡੋ ਦੀ ਸੁਪਰ ਮਾਰਕੀਟ ਵਿੱਚ ਹੋਈ ਗੋਲਾਬਾਰੀ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਵਾਈਟ ਹਾਊਸ ਵਿੱਚ ਬੋਲਦਿਆਂ ਉਹਨਾਂ ਆਖਿਆ ਕਿ ਗਨ ਕਲਚਰ ਨੂੰ ਕੰਟਰੋਲ ਕਰਨ ਲਈ ਸਖ਼ਤ ਹੁਕਮ ਜਾਰੀ ਕਰ ਰਿਹਾ ਹਾਂ ਮੈਂ ਬੰਦੂਕਾਂ ਨਾਲ ਕੀਤੀ ਜਾਣ ਵਾਲੀ ਹਿੰਸਾ ਨੂੰ ਨੱਥ ਪਾਉਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਨੂੰ ਤਿਆਰ ਹਾਂ ਮੈਂ ਰਾਸ਼ਟਰਪਤੀ ਹੋਣ ਦੇ ਨਾਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਆ ਰੱਖਣ ਲਈ ਆਪਣੇ ਅਧਿਕਾਰਾਂ ਦੇ ਸਾਰੇ ਸਰੋਤਾਂ ਦੀ ਵਰਤੋਂ ਕਰਾਂਗਾ ਦੱਸ ਦਈਏ ਕਿ ਬੀਤੇ ਹਫ਼ਤੇ ਐਟਲਾਂਟਾ ਵਿੱਚ ਹੋਈ ਗੋਲਾਬਾਰੀ ਦੌਰਾਨ ਵੀ 8 ਲੋਕਾਂ ਦੀ ਮੌਤ ਹੋ ਗਈ ਸੀ ਬਾਈਡਨ ਨੇ ਅੱਗੇ ਆਖਿਆ ਸੀ ਕਿ ਉਹ ਅਸਾਲਟ ਸਟਾਈਲ ਹਥਿਆਰਾਂ ਅਤੇ ਹਾਈ ਕੈਪੈਸਿਟੀ ਮੈਗਜ਼ੀਨਾਂ 'ਤੇ ਬੈਨ ਲਾਉਣ ਜਾ ਰਹੇ ਨੇ ਅਜਿਹਾ ਮੈਂ ਉਦੋਂ ਕੀਤਾ ਸੀ ਜਦ ਮੈਂ ਸੈਨੇਟਰ ਸੀ ਉਦੋਂ ਵੀ ਇਹ ਬਿੱਲ ਪਾਸ ਹੋਇਆ ਸੀ ਅਸੀਂ ਦੁਬਾਰਾ ਇਹ ਬਿੱਲ ਪਾਸ ਕਰਵਾਵਾਂਗੇ ਅਤੇ ਇਸ ਵਿੱਚ ਪੈਦਾ ਹੋਈਆਂ ਕਮੀਆਂ ਨੂੰ ਦੂਰ ਕਰਾਂਗੇ ਅਸੀਂ ਇਸ ਗਨ ਕਲਚਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਵਿੱਚ ਸਫਲ ਹੋਵਾਂਗੇ ਬਾਈਡਨ ਨੇ ਗੋਲਾਬਾਰੀ ਦੌਰਾਨ ਮਾਰੇ ਗਏ ਪੁਲਿਸ ਅਧਿਕਾਰੀ ਐਰਿਕ ਟੈਲੇ ਨੂੰ ਵੀ ਯਾਦ ਕੀਤਾ ਉਹਨਾਂ ਸੈਨੇਟ ਨੂੰ ਉਹ ਦੋਵੇਂ ਬਿੱਲ ਜਲਦ ਤੋਂ ਜਲਦ ਪਾਸ ਕਰਨ ਨੂੰ ਕਿਹਾ ਜਿਸ ਵਿੱਚ ਗਨ ਕਲਚਰ ਅਤੇ ਅਸੋਲਟ ਹਥਿਆਰਾਂ 'ਤੇ ਸ਼ਿਕੰਜਾ ਕੱਸਣ ਦਾ ਜ਼ਿਕਰ ਹੈ ਉੱਥੇ ਹੀ ਸਥਾਨਕ ਪੁਲਿਸ ਨੇ ਕੋਲਾਰਾਡੋ ਦੇ ਵਾਲਡਰ ਵਿੱਚ 10 ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ 21 ਸਾਲਾ ਇੱਕ ਵਿਅਕਤੀ ਦੀ ਸ਼ੱਕੀ ਰੂਪ ਵਜੋਂ ਪਛਾਣ ਕੀਤੀ ਹੈ ਅਧਿਕਾਰੀਆਂ ਨੇ 9 ਮ੍ਰਿਤਕਾਂ ਦੀ ਸ਼ਨਾਖਤ ਵੀ ਕੀਤੀ ਹੈ ਉਸ ਤੋਂ ਪਹਿਲਾਂ ਮ੍ਰਿਤਕ ਦੇ ਰੂਪ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਪਛਾਣ ਕੀਤੀ ਗਈ ਸੀ ਅਧਿਕਾਰੀਆਂ ਨੇ ਆਖਿਆ ਕਿ ਮਾਰੇ ਗਏ ਲੋਕਾਂ ਵਿੱਚ 20 ਸਾਲ ਤੋਂ ਲੈ ਕੇ 65 ਸਾਲ ਦੇ ਮਰਦ ਅਤੇ ਔਰਤਾਂ ਨੇ ਸਥਾਨਕ ਪੁਲਿਸ ਨੇ ਕੋਲਾਰਾਡੋ ਦੇ ਵਾਲਡਰ ਵਿੱਚ 10 ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ 21 ਸਾਲਾ ਇੱਕ ਵਿਅਕਤੀ ਦੀ ਸ਼ੱਕੀ ਰੂਪ ਵਜੋਂ ਪਛਾਣ ਕੀਤੀ ਹੈ ਅਧਿਕਾਰੀਆਂ ਨੇ 9 ਮ੍ਰਿਤਕਾਂ ਦੀ ਸ਼ਨਾਖਤ ਵੀ ਕੀਤੀ ਹੈ ਉਸ ਤੋਂ ਪਹਿਲਾਂ ਮ੍ਰਿਤਕ ਦੇ ਰੂਪ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਪਛਾਣ ਕੀਤੀ ਗਈ ਸੀ ਅਧਿਕਾਰੀਆਂ ਨੇ ਆਖਿਆ ਕਿ ਮਾਰੇ ਗਏ ਲੋਕਾਂ ਵਿੱਚ 20 ਸਾਲ ਤੋਂ ਲੈ ਕੇ 65 ਸਾਲ ਦੇ ਮਰਦ ਅਤੇ ਔਰਤਾਂ ਹਨ ਸੁਪਰ ਮਾਰਕੀਟ ਵਿੱਚ ਹੋਈ ਇਸ ਭੀਸ਼ਣ ਘਟਨਾ ਨਾਲ ਪੂਰਾ ਦੇਸ਼ ਸਦਮੇ ਵਿੱਚ ਹੈ ਅਮਰੀਕਾ ਵਿੱਚ ਬੀਤੇ ਕੁਝ ਮਹੀਨਿਆਂ ਵਿੱਚ ਫਾਇਰਿੰਗ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਇਸ ਤੋਂ ਬਾਅਦ ਦੇਸ਼ ਵਿੱਚ ਮੁੜ ਤੋਂ ਬੰਦੂਕਾਂ 'ਤੇ ਬੈਨ ਲਗਾਉਣ ਦੀ ਚਰਚਾ ਛਿੜ ਗਈ ਹੈ ਪੁਲਿਸ ਨੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਉਸਨੂੰ ਜ਼ਖਮੀ ਹਾਲਾਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਤੋਂ ਬਾਅਦ ਉਸਨੂੰ ਜਲਦ ਹੀ ਭੇਜਿਆ ਜਾ ਸਕਦਾ ਹੈ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਖਰ ਵਿਅਕਤੀ ਨੇ ਹਮਲਾ ਕਿਉਂ ਕੀਤਾ ਇਸ ਨੂੰ ਅੰਜਾਮ ਦੇਣ ਪਿੱਛੇ ਉਸਦਾ ਕੀ ਕਾਰਨ ਸੀ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਦੇ ਨਾਲ ਕੋਈ ਹੋਰ ਵਿਅਕਤੀ ਵੀ ਸੀ ਜਾਂ ਨਹੀਂ ਹਾਲਾਂਕਿ ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਉਹ ਇਕੱਲਾ ਹੀ ਸੀ ਬਾਈਡਨ ਪ੍ਰਸ਼ਾਸਨ ਨੇ ਲਾਸ ਏਂਜਲਸ ਦੀ ਸੰਘੀ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨੀ ਮੂਲ ਦੇ ਪਕੌੜੇ ਕੈਨੇਡੀਆਈ ਕਾਰੋਬਾਰੀ ਤੁਹਵਰ ਰਾਣਾ ਦੀ ਹਵਾਲਗੀ ਸੰਬੰਧੀ ਭਾਰਤ ਦੀ ਬੇਨਤੀ 'ਤੇ ਗੌਰ ਕਰੇ ਅਮਰੀਕੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਤੁਹਵਰ ਰਾਣਾ ਭਾਰਤ ਹਵਾਲੇ ਕੀਤੇ ਜਾਣ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਲਾਸ ਏਂਜਲਸ ਵਿੱਚ ਅਮਰੀਕਾ ਜ਼ਿਲ੍ਹਾ
ਜੱਜ ਜੈਕਲੀਨ ਚੁਲਜ਼ੀਆਨ ਵੱਲੋਂ ਰਾਣਾ ਦੀ ਸਪੁਰਦਗੀ ਮਾਮਲੇ 'ਤੇ 22 ਅਪ੍ਰੈਲ ਨੂੰ ਸੁਣਵਾਈ ਕੀਤੀ ਜਾਣੀ ਹੈ। ਰਾਣਾ 2008 ਮੁੰਬਈ ਦਹਿਸ਼ਤੀ ਹਮਲੇ ਵਿੱਚ ਸ਼ਮੂਲੀਅਤ ਲਈ ਭਾਰਤ ਵਿੱਚ ਲੜਿੰਦਾ ਹੈ। ਇਸ ਹਮਲੇ ਵਿੱਚ 166 ਲੋਕਾਂ ਦੀ ਜਾਨ ਜਾਂਦੀ ਰਹੀ ਸੀ ਅਤੇ 247 ਵਿਅਕਤੀ ਜ਼ਖਮੀ ਹੋਏ ਸਨ। ਅਮੈਰੀਕਾ ਦੇ ਸਹਾਇਕ ਅਟਾਰਨੀ ਜੋਹਨ ਜੇ ਲੁਜ਼ੀਆਨ ਨੇ ਮੁਲਕ ਦੀ ਸੰਘੀ ਅਦਾਲਤ ਵਿੱਚ ਦਾਇਰ ਹਲਫ਼ਨਾਮੇ 'ਚ ਕਿਹਾ ਹੈ ਕਿ ਰਾਣਾ ਉਹਨਾਂ ਸਾਰੀਆਂ ਸ਼ਰਤਾਂ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਜਿਸ ਤਹਿਤ ਉਸਨੂੰ ਭਾਰਤ ਦੇ ਸਪੁਰਦ ਕੀਤਾ ਜਾ ਸਕਦਾ ਹੈ। ਰਾਣਾ ਮੁੰਬਈ ਦਹਿਸ਼ਤੀ ਹਮਲੇ ਕੇਸ ਵਿੱਚ ਭਾਰਤ ਨੂੰ ਲੜਿੰਦਾ ਹੈ। ਅਮੈਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਵਿਵੇਕ ਮੂਰਤੀ ਨੂੰ ਰਾਸ਼ਟਰਪਤੀ ਜੋ ਬਾਈਡਨ ਦਾ ਸਰਜਨ ਜਨਰਲ ਨਿਯੁਕਤ ਕੀਤਾ ਗਿਆ ਹੈ। ਅਮੈਰੀਕਾ ਸੈਨੇਟ ਨੇ ਇਸ ਦੇ ਪੱਖ ਵਿੱਚ 57-43 ਨਾਲ ਵੋਟ ਦੇ ਕੇ ਇਸ 'ਤੇ ਮੋਹਰ ਲਗਾਈ। ਵਿਵੇਕ ਮੂਰਤੀ ਨੇ ਕਿਹਾ ਕਿ ਸਾਡੇ ਦੇਸ਼ ਨੂੰ ਸਿਹਤਮੰਦ ਬਣਾਉਣ ਅਤੇ ਸਾਡੇ ਬੱਚਿਆਂ ਲਈ ਬਿਹਤਰ ਭਵਿੱਖ ਬਣਾਉਣ ਵਿੱਚ ਮਦਦ ਕਰਨ ਲਈ ਮੈਂ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਾਂ। ਰਾਸ਼ਟਰਪਤੀ ਜੋ ਬਾਈਡਨ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਬੇਸੇਰਾ ਨੂੰ ਸਿਹਤ ਮੰਤਰੀ ਅਤੇ ਭਾਰਤੀ ਅਮੈਰੀਕਾ ਡਾਕਟਰ ਵਿਵੇਕ ਮੂਰਤੀ ਨੂੰ ਆਪਣੇ ਸਰਜਨ ਦੇ ਤੌਰ 'ਤੇ ਚੁਣਿਆ ਸੀ। ਇਸ ਦੇ ਇਲਾਵਾ ਡਾਕਟਰ ਐਂਥਨੀ ਨੂੰ ਕੋਵਿਡ-19 ਦੇ ਰਾਸ਼ਟਰਪਤੀ ਦੇ ਮੁੱਖ ਮੈਡੀਕਲ ਸਲਾਹਕਾਰ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਦਕਿ ਡਾਕਟਰ ਰਿਸ਼ੇਲ ਵਾਲੈਂਸਕੀ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਨਿਰਦੇਸ਼ਕ ਅਤੇ ਡਾਕਟਰ ਮਾਰਸੇਲਾ ਨੁੰਜ ਸਮਿਥ ਨੂੰ ਕੋਵਿਡ-19 ਇਕਵਟੀ ਟਾਸਕ ਫੋਰਸ ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ। ਮੂਲ ਰੂਪ ਨਾਲ ਕਰਨਾਟਕ ਨਾਲ ਸੰਬੰਧ ਰੱਖਣ ਵਾਲੇ ਮੂਰਤੀ ਨੂੰ 2014 ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮੈਰੀਕਾ ਦਾ 19ਵਾਂ ਸਰਜਨ ਜਨਰਲ ਨਿਯੁਕਤ ਕੀਤਾ ਸੀ। ਬ੍ਰਿਟੇਨ ਵਿੱਚ ਪੈਦਾ ਹੋਈ ਮੂਰਤੀ 37 ਸਾਲਾਂ ਦੀ ਉਮਰ ਵਿੱਚ ਉਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਸਭ ਤੋਂ ਨੌਜਵਾਨ ਵਿਅਕਤੀ ਸਨ। ਬਾਅਦ ਵਿੱਚ ਟਰੰਪ ਪ੍ਰਸ਼ਾਸਨ ਦੌਰਾਨ ਉਹਨਾਂ ਨੂੰ ਉਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਭਾਰਤੀ ਹਵਾਬਾਜ਼ੀ ਰੈਗੂਲੇਟਰ ਦੇ ਡਾਇਰੈਕਟਰ ਜਨਰਲ ਵਜੋਂ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਚਲਦੇ ਪਹਿਲਾਂ ਤੋਂ ਮੁਅੱਤਲ ਨਿਰਧਾਰਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਦੀ ਮੁਅੱਤਲੀ 30 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਭਾਵੇਂ ਯੋਗ ਅਧਿਕਾਰੀਆਂ ਵੱਲੋਂ ਚੋਣਵੇਂ ਰੂਟਾਂ 'ਤੇ ਅੰਤਰਰਾਸ਼ਟਰੀ ਉਡਾਣਾਂ ਲਈ ਆਗਿਆ ਦਿੱਤੀ ਜਾ ਸਕਦੀ ਹੈ। ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਕਾਰਨ 23 ਮਾਰਚ 2020 ਤੋਂ ਨਿਰਧਾਰਿਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਮੁਅੱਤਲ ਹਨ, ਜਦਕਿ ਬੰਦੇ ਭਾਰਤ ਮਿਸ਼ਨ ਤਹਿਤ 27 ਚੋਣਵੇਂ ਦੇਸ਼ਾਂ ਲਈ ਦੁਬੱਲੇ ਏਅਰ ਬਬਲ ਪ੍ਰਬੰਧਾਂ ਅਧੀਨ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਨੇ। ਬੀਤੇ ਦਿਨ ਕੈਨੇਡਾ ਦੀ ਉਨਚੋਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਭਾਰਤੀ ਮੂਲ ਦੇ 4 ਲੋਕ ਕਾਬੂ ਕੀਤੇ ਗਏ। ਇਹਨਾਂ ਸਾਰਿਆਂ ਨੂੰ ਬੋਲਟਨ ਦੇ ਇੱਕ ਹੋਟਲ 'ਤੇ $1 ਲੱਖ ਦੇ ਕਰੀਬ ਚੋਰੀ ਦੇ ਚੈੱਕ ਅਤੇ ਚੋਰੀ ਦੀਆਂ ਆਈਡੀ ਦੀ ਧੋਖਾਧੜੀ ਕਰਨ ਅਤੇ ਨਾਲ ਹੀ ਵਰਤੋਂ ਵਿੱਚ ਲਿਆਂਦੀ ਜਾ ਸਕਣ ਵਾਲੀ ਮਸ਼ੀਨਰੀ ਅਤੇ ਹੋਰ ਜਾਅਲੀ ਕਾਗਜ਼ਾਤ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਰੰਚਵਲ ਕਚਹਿਰੀ ਵਿਖੇ 31 ਮਈ ਨੂੰ ਪੇਸ਼ੀ ਹੋਣੀ ਹੈ। ਗ੍ਰਿਫਤਾਰ ਹੋਣ ਵਾਲਿਆਂ ਦੀ ਪਹਿਚਾਣ ਬ੍ਰੈਂਪਟਨ ਦੇ ਪ੍ਰਦੀਪ ਸਿੰਘ, ਬ੍ਰੈਂਪਟਨ ਦੇ ਗੁਰਦੀਪ ਬੈਂਸ, ਮਿਸੀਸਾਗਾ ਦੇ ਗੁਰਪ੍ਰੀਤ ਸਿੰਘ ਦੇ ਤੌਰ 'ਤੇ ਹੋਈ ਹੈ। ਇਸ ਤੋਂ ਪਹਿਲਾਂ ਵੀ ਇਹ ਸਾਰੇ ਡਰੱਗ ਸੰਬੰਧ ਮਾਮਲਿਆਂ ਵਿੱਚ ਗ੍ਰਿਫਤਾਰ ਹੋ ਚੁੱਕੇ ਨੇ। ਇੱਥੇ ਵੀ ਜ਼ਿਕਰਯੋਗ ਹੈ ਕਿ ਬ੍ਰੈਂਪਟਨ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਡਾਕ ਡੱਬਿਆਂ ਦੀਆਂ ਭੰਨਤੋੜ ਅਤੇ ਚਿੱਠੀ ਪੱਤਰ ਚੋਰੀ ਕਰਨ ਦੀਆਂ ਕਈ ਵਾਰਦਾਤਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਨੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟਰੇਜ਼ ਨੇ ਕੋਵਿਡ-19 ਮਹਾਂਮਾਰੀ ਦੌਰਾਨ ਏਸ਼ੀਆਈ ਅਤੇ ਏਸ਼ੀਆਈ ਮੂਲ ਦੇ ਲੋਕਾਂ ਖਿਲਾਫ਼ ਵੱਧਦੀ ਹਿੰਸਾ ਬਾਰੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪਿਛਲੇ ਸਾਲ ਵਾਪਰੀਆਂ ਹਜ਼ਾਰਾਂ ਘਟਨਾਵਾਂ ਦੇ ਅਸਹਿਣਸ਼ੀਲਤਾ, ਰੂੜੀਵਾਦੀ ਵਿਚਾਰਧਾਰਾ ਅਤੇ ਮਾੜੇ ਵਿਵਹਾਰ ਦੇ ਸਦੀਆਂ ਲੰਮੇ ਇਤਿਹਾਸ ਨੂੰ ਕਾਇਮ ਰੱਖਿਆ ਹੈ। ਸ੍ਰੀ ਗੁਟਰੇਜ਼ ਦਾ ਇਹ ਬਿਆਨ ਅਟਲਾਂਟਾ ਅਤੇ ਉਸਦੇ ਆਸ ਪਾਸ ਇਸ ਮਹੀਨੇ ਗੋਲਾਬਾਰੀ ਦੀਆਂ ਕੁਝ ਘਟਨਾਵਾਂ ਹੋਣ ਦੀ ਪਿੱਠਭੂਮੀ 'ਚ ਆਇਆ ਹੈ। ਇਹਨਾਂ ਘਟਨਾਵਾਂ ਵਿੱਚ 8 ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 6 ਏਸ਼ੀਆਈ ਮੂਲ ਦੀਆਂ ਔਰਤਾਂ ਸ਼ਾਮਲ ਸਨ। ਸ੍ਰੀ ਗੁਟਰੇਜ਼ ਦੇ ਬੁਲਾਰੇ ਨੇ ਇੱਕ ਬਿਆਨ 'ਚ ਕਿਹਾ ਕਿ ਵਿਸ਼ਵ ਨੇ ਭਿਆਨਕ ਹਮਲੇ, ਸ਼ਬਦੀ ਅਤੇ ਸਰੀਰਕ ਸ਼ੋਸ਼ਣ, ਸਕੂਲਾਂ ਵਿੱਚ ਇੱਕ ਦੂਜੇ ਨੂੰ ਪ੍ਰੇਸ਼ਾਨ ਕਰਨਾ, ਕੰਮਕਾਜ ਦੀ ਥਾਂ 'ਤੇ ਭੇਦਭਾਵ, ਮੀਡੀਆ ਅਤੇ ਸੋਸ਼ਲ ਮੀਡੀਆ ਮੰਚਾਂ 'ਤੇ ਨਫ਼ਰਤ ਲਈ ਉਕਸਾਉਣਾ ਅਤੇ ਸ਼ਕਤੀਸ਼ਾਲੀ ਅਹੁਦਿਆਂ 'ਤੇ ਕਾਬਜ਼ ਲੋਕਾਂ ਦੀ ਭੜਕਾਊ ਭਾਸ਼ਾ ਵੇਖੀ। ਬੰਗਲਾਦੇਸ਼ੀ ਕੋਰਟ ਨੇ ਸਾਲ 2000 ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਉਹਨਾਂ ਦੇ ਦੱਖਣ ਪੱਛਮੀ ਇਲਾਕੇ ਵਿੱਚ ਮਾਰਨ ਦੀ ਕੋਸ਼ਿਸ਼ ਕਰਨ ਵਾਲੇ 14 ਇਸਲਾਮੀ ਦਹਿਸ਼ਤਗਰਦਾਂ ਨੂੰ ਮੌਤ ਦੀ ਸਜ਼ਾ ਸੁਣਾਈ। ਜੱਜ ਅਬੂ ਜ਼ਫਰ ਮੁਹੰਮਦ ਕਮਰੁਜ਼ਮਾਨ ਨੇ ਕਿਹਾ, ਜਦੋਂ ਤੱਕ ਕਾਨੂੰਨ ਵਿੱਚ ਕੋਈ ਰੋਕ ਨਹੀਂ ਹੈ, ਇਸ ਫੈਸਲੇ ਨੂੰ ਫਾਇਰਿੰਗ ਸਕੁਆਡ ਰਾਹੀਂ ਅਮਲ ਵਿੱਚ ਲਿਆਉਂਦਿਆਂ ਇੱਕ ਮਿਸਾਲ ਕਾਇਮ ਕੀਤੀ ਜਾਵੇਗੀ। ਉਂਝ ਮੌਤ ਦੀ ਸਜ਼ਾ ਸੁਣਾਏ ਜਾਣ ਮੌਕੇ 9 ਦੋਸ਼ੀ ਕੋਰਟ ਵਿੱਚ ਮੌਜੂਦ ਸਨ। ਜੱਜ ਨੇ ਕਿਹਾ ਕਿ ਨਹੀਂ ਤਾਂ ਪ੍ਰਚਲਿਤ ਰਵਾਇਤੀ ਮੁਤਾਬਕ ਬੰਗਲਾਦੇਸ਼ੀ ਕਾਨੂੰਨ ਤਹਿਤ ਮੌਤ ਦੀ ਸਜ਼ਾ 'ਤੇ ਲਾਜ਼ਮੀ ਨਜ਼ਰਸਾਨੀ ਮਗਰੋਂ ਸੁਪਰੀਮ ਕੋਰਟ ਦੀ ਹਾਈ ਕੋਰਟ ਡਿਵੀਜ਼ਨ ਦੀ ਪ੍ਰਵਾਨਗੀ ਨਾਲ ਦੋਸ਼ੀਆਂ ਨੂੰ ਫਾਹੇ ਵੀ ਟੰਗਿਆ ਜਾ ਸਕਦਾ ਹੈ। ਸਾਰੇ ਦੋਸ਼ੀ ਜਲਵਤਨ, ਹਰੋਕਤਲ, ਜਿਹਾਦ, ਬੰਗਲਾਦੇਸ਼ ਨਾਲ ਸੰਬੰਧਿਤ ਨੇ। ਇਹਨਾਂ 'ਚੋਂ 5 ਦੋਸ਼ੀ
ਭਗੌੜੇ ਹਨ ਤੇ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਹੀ ਕੇਸ ਦੀ ਕਾਰਵਾਈ ਚਲਾਈ ਗਈ ਹੈ ਤੇ ਸਰਕਾਰ ਵੱਲੋਂ ਨਿਯੁਕਤ ਵਕੀਲਾਂ ਨੇ ਕਾਨੂੰਨ ਮੁਤਾਬਕ ਉਹਨਾਂ ਦੀ ਪੈਰਵੀ ਕੀਤੀ। 3 ਸਾਲ ਪਹਿਲਾਂ ਵਿਆਹ ਤੋਂ ਬਾਅਦ ਕੈਨੇਡਾ ਸੈਟਲ ਹੋਣ ਦਾ ਸੁਪਨਾ ਸਮਝਾਉਂਦਿਆਂ ਪਤਨੀ ਨੂੰ ਆਇਲਸ ਕਰਵਾ ਕੇ 45 ਲੱਖ ਰੁਪਇਆ ਖਰਚ ਕਰਕੇ ਕੈਨੇਡਾ ਭੇਜਣ ਵਾਲੇ ਨੌਜਵਾਨ ਨੇ ਪਤਨੀ ਵੀ ਗਵਾ ਲਈ। ਕੈਨੇਡਾ ਪਹੁੰਚਣ ਤੋਂ ਬਾਅਦ 6 ਮਹੀਨੇ ਬਾਅਦ ਹੀ ਪਤਨੀ ਨੇ ਆਪਣੇ ਮਾਤਾ ਪਿਤਾ ਤੇ ਭਰਾ ਨੂੰ ਕੈਨੇਡਾ ਸੱਦ ਕੇ ਪਤੀ ਨੂੰ ਛੱਡ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੂੰ ਪਤੀ ਦੀ ਫਰਿਆਦ ਤੇ ਧੋਖਾ ਦੇਣ ਵਾਲੀ ਕੈਨੇਡਾ ਰਹਿੰਦੀ ਪਤਨੀ, ਉਸਦੇ ਸਾਲੇ ਅਤੇ ਸੱਸ ਖਿਲਾਫ਼ ਮੁਕੱਦਮਾ ਦਰਜ ਕਰਵਾ ਲਿਆ ਹੈ। ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ 2017 ਨੂੰ ਉਸਦਾ ਵਿਆਹ ਦਲਵੀਰ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਨੇ ਪਤਨੀ ਨਾਲ ਕੈਨੇਡਾ ਸੈਟਲ ਹੋਣ ਲਈ ਪਤਨੀ ਨੂੰ ਸਟੱਡੀ ਵੀਜ਼ੇ ਤੇ 45 ਲੱਖ ਖਰਚ ਕਰਦਿਆਂ ਕੈਨੇਡਾ ਭੇਜ ਦਿੱਤਾ। ਕੈਨੇਡਾ ਜਾ ਕੇ ਉਸਦੀ ਪਤਨੀ ਦਲਵੀਰ ਕੌਰ ਨੇ 6 ਮਹੀਨੇ ਬਾਅਦ ਉਸ ਸਮੇਤ ਉਸਦੇ ਪਰਿਵਾਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਉਹਨਾਂ ਜਦੋਂ ਵੀ ਸੰਪਰਕ ਕੀਤਾ, ਦਲਵੀਰ ਨੇ ਦੂਰੀ ਬਣਾਈ ਰੱਖੀ। ਇਸ ਦੌਰਾਨ ਉਸਨੇ ਆਪਣੇ ਭਰਾ ਅਤੇ ਫਰਮਾਤਾ ਨੂੰ ਕੈਨੇਡਾ ਸੱਦ ਲਿਆ, ਜਿਸ 'ਤੇ ਉਸਨੇ ਉਸ ਨਾਲ 45 ਲੱਖ ਰੁਪਏ ਦੀ ਠੱਗੀ ਅਤੇ ਹੋਈ ਧੋਖਾਧੜੀ ਤੇ ਸ਼ਿਕਾਇਤ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਮਨਪ੍ਰੀਤ ਸਿੰਘ ਦੀ ਕੈਨੇਡਾ ਰਹਿੰਦੀ ਪਤਨੀ ਦਲਵੀਰ ਕੌਰ ਸਾਲੇ ਅਤੇ ਸੱਸ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇੰਗਲੈਂਡ ਨੇ ਛੁੱਟੀਆਂ ਮਨਾਉਣ ਵਿਦੇਸ਼ ਜਾਣ ਵਾਲੇ ਆਪਣੇ ਨਾਗਰਿਕਾਂ 'ਤੇ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਠੋਸ ਵਜ੍ਹਾ ਦੇ ਬ੍ਰਿਟੇਨ ਤੋਂ ਹੋਰ ਦੇਸ਼ ਜਾਣ ਵਾਲੇ ਲੋਕਾਂ 'ਤੇ ਜੁਰਮਾਨਾ ਲਗਾਇਆ ਜਾਵੇਗਾ। ਇਹ ਨਿਯਮ June 2021 ਦੇ ਅਖੀਰ ਤੱਕ ਲਾਗੂ ਰਹਿ ਸਕਦਾ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਹੈ ਕਿ ਸਰਕਾਰ ਦੀ ਮੂਲ ਯੋਜਨਾ ਹੈ ਕਿ ਅਪ੍ਰੈਲ ਵਿੱਚ ਅੰਤਰਰਾਸ਼ਟਰੀ ਯਾਤਰਾ ਨੂੰ ਰਿਵਿਊ ਕੀਤਾ ਜਾਏ। ਉਹਨਾਂ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਅਸੀਂ 17 ਮਈ ਤੋਂ ਵਿਦੇਸ਼ ਯਾਤਰਾ ਦੀ ਆਗਿਆ ਦੇ ਦੇਈਏ। ਮੈਟ ਹੈਨਕੌਕ ਨੇ ਇਹ ਵੀ ਕਿਹਾ ਹੈ ਕਿ ਕੰਮ ਅਤੇ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਲੋਕਾਂ ਦੇ ਮਾਮਲਿਆਂ 'ਤੇ ਵੱਖ ਤੋਂ ਵਿਚਾਰ ਕੀਤਾ ਜਾਵੇਗਾ। ਬ੍ਰਿਟੇਨ ਤੋਂ ਵੱਡੀ ਗਿਣਤੀ ਵਿੱਚ ਲੋਕ ਛੁੱਟੀਆਂ ਮਨਾਉਣ ਯੂਰੋਪ ਜਾਂਦੇ ਨੇ, ਪਰ ਯੂਰੋਪ ਵਿੱਚ ਇਸ ਸਮੇਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਬ੍ਰਿਟੇਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਯੂਰੋਪ ਦੇ ਕੁਝ ਹਿੱਸਿਆਂ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇਖੀ ਜਾ ਰਹੀ ਹੈ। ਕੋਰੋਨਾ ਦੇ ਨਵੇਂ ਵੈਰੀਐਂਟ ਵੀ ਸਾਹਮਣੇ ਆ ਰਹੇ ਨੇ। ਸਾਡੇ ਲਈ ਜ਼ਰੂਰੀ ਹੈ ਕਿ ਕੋਰੋਨਾ ਖਿਲਾਫ਼ ਜੰਗ ਵਿੱਚ ਅਸੀਂ ਲੋਕਾਂ ਨੂੰ ਜੋ ਬਚਾਇਆ ਹੈ ਉਸਨੂੰ ਸੁਰੱਖਿਅਤ ਰੱਖੀਏ। ਬ੍ਰਿਟੇਨ ਨੂੰ ਫਰਾਂਸ ਨੂੰ ਵੀ ਰੈੱਡ ਲਿਸਟ ਵਿੱਚ ਸ਼ਾਮਲ ਕਰਨ ਜਾ ਰਿਹਾ ਹੈ, ਜਿਸ ਦੇ ਬਾਅਦ ਫਰਾਂਸ ਤੋਂ ਆਉਣ ਵਾਲੇ ਯਾਤਰੀਆਂ ਲਈ ਹੋਟਲ ਇਕਾਂਤਵਾਸ ਜ਼ਰੂਰੀ ਹੋ ਜਾਵੇਗਾ। ਬ੍ਰਿਟੇਨ ਵਿੱਚ ਸਾਊਥ ਅਫਰੀਕਾ ਕੋਰੋਨਾ ਵੈਰੀਐਂਟ ਦੇ ਬਾਅਦ ਤੋਂ ਪਾਬੰਦੀਆਂ ਲਾਗੂ ਕਰਨ ਲਈ ਸਰਕਾਰ 'ਤੇ ਦਬਾਅ ਵੱਧ ਰਿਹਾ ਸੀ। ਮਨਿਸਟਰੀਅਲ ਕਾਮਿਆਂ ਵੱਲੋਂ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਕੀਤੀਆਂ ਜਾ ਰਹੀਆਂ ਗੇਟ ਰੈਲੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਲੰਬੇ ਸਮੇਂ ਤੋਂ ਸੰਘਰਸ਼। ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, DA ਦੀਆਂ ਕਿਸ਼ਤਾਂ ਦਾ ਬਕਾਇਆ ਅਤੇ ਰਹਿੰਦੀਆਂ DA ਦੀਆਂ ਕਿਸ਼ਤਾਂ ਜਾਰੀ ਕਰਨਾ, ਕੇਂਦਰੀ ਪੈਟਰਨ 'ਤੇ ਕੀਤੀ ਜਾ ਰਹੀ ਭਰਤੀ ਬੰਦ ਕਰਨਾ। ਉਹਨਾਂ ਕਿਹਾ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਠੇਕੇ 'ਤੇ ਭਰਤੀ ਜਾਂ ਆਊਟਸੋਰਸਿੰਗ ਰਾਹੀਂ ਰੱਖੇ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਗੇਟ ਰੈਲੀਆਂ ਤੋਂ ਬਾਅਦ 25 ਮਾਰਚ ਨੂੰ ਬਠਿੰਡਾ ਵਿਖੇ ਜ਼ੋਨਲ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ 2022 ਦੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਏਗਾ। ਆਸਟ੍ਰੇਲੀਆ ਦੀ ਸੰਸਦ ਵਿੱਚ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਸਰਕਾਰੀ ਸਟਾਫ ਦੀਆਂ ਤਸਵੀਰਾਂ ਲੀਕ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਇੱਕ ਬੀਬੀ ਨੇ ਦੋਸ਼ ਲਗਾਇਆ ਸੀ ਕਿ ਸੰਸਦ ਕੰਪਲੈਕਸ ਵਿੱਚ ਉਸਦਾ ਯੋਨ ਸ਼ੋਸ਼ਣ ਕੀਤਾ ਗਿਆ ਅਤੇ ਸਰਕਾਰ ਦੇ ਕਈ ਮਹੱਤਵਪੂਰਨ ਲੋਕਾਂ ਨੇ ਜਾਣਕਾਰੀ ਹੋਣ ਦੇ ਬਾਵਜੂਦ ਦੋਸ਼ੀ 'ਤੇ ਕਾਰਵਾਈ ਨਹੀਂ ਕੀਤੀ। ਆਸਟ੍ਰੇਲੀਆ ਦੀ ਸਰਕਾਰ ਦੀ ਇੱਕ ਸਲਾਹਕਾਰ ਬੀਬੀ ਨੇ ਕਿਹਾ ਸੀ ਕਿ 2019 ਇੱਕ ਸਹਿਯੋਗੀ ਨੇ ਉਸਦਾ ਬਲਾਤਕਾਰ ਕੀਤਾ ਸੀ, ਪਰ ਸਰਕਾਰ ਨੇ ਘਟਨਾ 'ਤੇ ਕੋਈ ਕਾਰਵਾਈ ਨਹੀਂ ਕੀਤੀ। ਘਟਨਾ ਦੇ ਖੁਲਾਸੇ ਦੇ ਬਾਅਦ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਵੀ ਹੋਏ। ਆਸਟ੍ਰੇਲੀਆ ਦੇ ਅਖ਼ਬਾਰ ਦੀ ਆਸਟ੍ਰੇਲੀਅਨ ਅਤੇ ਚੈਨਲ 10 ਨੇ ਸੰਸਦ ਵਿੱਚ ਜਿਨਸੀ ਐਕਟ ਦੇ ਵੀਡੀਓ ਜਾਰੀ ਕੀਤੇ। ਵੀਡੀਓ ਵਿੱਚ ਇੱਕ ਵਿਸਲ ਬਲੋਅਰ ਵੱਲੋਂ ਲੀਕ ਕੀਤੇ ਗਏ ਵੀਡੀਓ ਸਾਹਮਣੇ ਆਉਣ ਦੇ ਬਾਅਦ ਆਸਟ੍ਰੇਲੀਆ ਦੀ ਮਹਿਲਾ ਸਾਂਸਦ ਅਤੇ ਆਮ ਜਨਤਾ ਵੱਲੋਂ ਸਰਕਾਰ ਦਾ ਵਿਰੋਧ ਇੱਕ ਵਾਰੀ ਫਿਰ ਤੋਂ ਤੇਜ਼ ਹੋ ਗਿਆ। ਸਰਕਾਰ ਵੱਲੋਂ ਲੰਬੇ ਸਮੇਂ 'ਤੇ ਕਾਰਵਾਈ ਨਾ ਕੀਤੇ ਜਾਣ ਨੂੰ ਲੈ ਕੇ ਲੋਕ ਗੁੱਸਾ ਜ਼ਾਹਿਰ ਕਰ ਰਹੇ ਹਨ। ਟੌਮ ਨਾਮ ਦੇ ਵਿਸਲ ਬਲੋਅਰ ਨੇ ਆਸਟ੍ਰੇਲੀਆ ਦੀ ਮੀਡੀਆ ਨੂੰ ਕਿਹਾ ਕਿ ਸਰਕਾਰੀ ਸਟਾਫ ਅਤੇ ਸਾਂਸਦ ਅਕਸਰ ਸੰਸਦ ਦੇ ਪ੍ਰਾਰਥਨਾ ਕਮਰੇ ਨੂੰ ਸੈਕਸ ਲਈ ਵਰਤਦੇ ਹਨ। ਟੌਮ ਨੇ ਇਹ ਵੀ ਕਿਹਾ ਕਿ ਸੰਸਦ ਲਈ ਇੱਕ ਸੈਕਸ ਵਰਕਰ ਵੀ ਇਮਾਰਤ ਵਿੱਚ ਲਿਆਂਦੀ ਜਾਂਦੀ ਹੈ। ਟੌਮ ਨੇ ਕਿਹਾ ਕਿ ਸਟਾਫ ਦਾ ਇੱਕ ਸਮੂਹ ਅਕਸਰ ਇੱਕ ਦੂਜੇ ਨਾਲ ਨਿੱਜੀ ਤਸਵੀਰਾਂ ਸ਼ੇਅਰ ਕਰਦਾ ਸੀ। ਉਹਨਾਂ ਨੇ ਕਿਹਾ ਕਿ ਅਜਿਹੀ ਸੰਸਕ੍ਰਿਤੀ ਬਣ ਗਈ ਹੈ ਕਿ ਪੁਰਸ਼ ਜੋ ਚੋਣ ਕਰ ਸਕਦੇ ਹਨ, ਭਾਵੇਂ ਕਿ ਟੀਮ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸੰਸਦ ਦੇ ਕਿਸੇ ਸਟਾਫ ਨੇ ਕਾਨੂੰਨ ਤੋੜਿਆ ਹੈ, ਪਰ ਨੈਤਿਕ ਤੌਰ 'ਤੇ ਦੀਵਾਲੀਆ ਹੋ ਚੁੱਕੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੱਕ ਸਟਾਫ ਨੂੰ ਤੁਰੰਤ ਹਟਾ ਦਿੱਤਾ ਗਿਆ। ਸਰਕਾਰ ਨੇ ਕਿਹਾ ਕਿ ਇੱਕ ਹੋਰ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਕ੍ਰੇਨ ਐਂਡ ਰੋਜ਼ ਨੇ ਕਿਹਾ ਕਿ ਹੁਣ ਉਹ ਹੋਰ ਜ਼ਿਆਦਾ ਚੁੱਪ ਨਹੀਂ ਰਹਿ ਸਕਦੀ। ਮਹਿਲਾ ਮਾਮਲਿਆਂ ਦੀ ਮੰਤਰੀ ਮੈਰਿਸ ਪੈਨ ਨੇ ਕਿਹਾ ਕਿ ਸੰਸਦ ਦੇ ਵਰਕਪਲੇਸ ਕਲਚਰ ਨੂੰ ਲੈ ਕੇ ਜਾਂਚ ਕਰਨ ਦੀ ਲੋੜ ਹੈ।
किसान अंदोलन कारण टोल प्लाजे बंद होने सदका पंजाब ते हरियाणा के लोगों नूं करीब 813 करोड़ रुपए की राहत मिली है। किसान कोल दौरान आम लोगों की जेब ते टोल टैक्स का बोझ पैण तो बच गया है। उंज केंद्र सरकार की वित्तीय घेराबंदी कारण खजाने नूं रगड़ा लग्गिया है। चेते रहे कि किसान धिरां ने खेती कानूनों खिलाफ़ संघर्ष दौरान पंजाब ते हरियाणा विच टोल प्लाजे मुक्त किए हुए हैं। कौमी मार्गों ते पैंदे टोल प्लाजे हुण टोल फ्री होए हैं। कौमी सड़क मंत्रालय के ताज़ा अंकड़े अनुसार किसान कोल दौरान पंजाब हरियाणा ते राजस्थान के टोल प्लाजे बंद होने करके केंद्र नूं वित्तीय नुकसान होया है। इन्हां तीन सूबों में 3 दर्जन टोल प्लाजे किसी भी तरह के टोल टैक्स तो मुक्त किए हुए हैं। पंजाब में कौमी सड़कों पर पैंदे 17 टोल प्लाजे किसान धिरां वल्लों मुक्त किए हुए हैं, जिस नाल हुण तक पंजाब के आम लोगों को 487 करोड़ की राहत मिली है। इस तो बिना पंजाब सरकार के 15 टोल प्लाजे वखरे ने। 16 मार्च 2021 तक के प्राप्त वेरवे अनुसार सूबे 167 दिनों तो टोल प्लाजे बंद ने, जिसका भाव है कि प्रतिदिन औसतन 2.91 करोड़ के टोल टैक्स का बोझ लोगों पर पैण तो बच गया। पंजाब में प्रति महीना औसतन 90 करोड़ रुपए टोल टैक्स वजों लोगों की जेब विचों निकलन तो बच रहे हैं। हरियाणा में 1 दर्जन टोल प्लाजे 12 दसंबर तो मुक्त किए हुए हैं, जिस करके हरियाणा में हुण तक 326 करोड़ के टोल टैक्स का माली नुकसान होया है ते लोगों को राहत मिली है। हरियाणा में प्रतिदिन औसतन 3.49 करोड़ के टोल कलैक्शनों सट वज रही है। राजस्थान में सिर्फ 7 टोल प्लाजे मुक्त किए हुए हैं, जिथे हुण तक 1.40 करोड़ के टोल का नुकसान होया है। कौमी सड़क अथॉरिटी वालों राज सरकार नूं पत्र लिखे गए हैं कि टोल प्लाजे चालू कराए जाण। किरती किसान यूनियन के सीनियर मीत प्रधान रजिंदर सिंह दीप सिंह वाला ने कहा कि जदों तक केंद्र ने खेती कानून बना के सीधा किसानी ते ताबा पोल दिता, तो मजबूरी विच किसानां नूं टोल प्लाजे मुक्त करन वर्गे कदम चुकने पे। मिनी बस ओपरेटर यूनियन के सीनियर आगू तीर्त सिंह सिद्धू दयालपुरा ने कहा कि टोल मुक्त नाल वड्डे किराणियां दी ट्रांसपोर्ट नूं लाहा मिलिया है, जबकि छोटी ट्रांसपोर्ट तां ज़्यादा लिंक सड़कां ते चलदी है। बीकेयू दे सीनियर आगू चंडा सिंह जेठकू ने कहा कि टोल प्लाजे धरने जारी रहेंगे। देश भर में कुल 644 टोल प्लाजे हैं, जिस विचों सब तो वध राजस्थान विच 91 टोल प्लाजे हैं। श्रोमणी गुरुद्वारा प्रबंधक कमेटी वालों श्री गुरु तेग बहादुर साहिब जी के 400 साल प्रकाश पुरब न समर्पित गुरु साहिब जी के प्रकाश अस्थान गुरद्वारा गुरु के महल श्री अमृतसर तो 20 मार्च को आरंभ होया नगर कीर्तन। गुरद्वारा श्री चरण कंवल साहिब पातशाही 6वीं बंगा तो अगले पड़ा गुरद्वारा साहिब पातशाही 10वीं माछीवाड़ा लई खालसा जाहो जलाल नाल रवाना होया। इस तो पहली रात बंगा विखे पुजण ते नगर कीर्तन दा संगत ने भरवा स्वागत किया। इस तो इलावा वख-वख नगरां कस्बियां शहरां विच वी संगत दा उत्साह देखण योग सी। गुरद्वारा श्री चरण कंवल साहिब बंगा तो अगे रवानगी समय श्रोमणी कमेटी दे अंतरिंग मैंबर बाबा चरणजीत सिंह, जस्सेवाल मैंबर सरदार सुखदेव सिंह पौर समेत प्रमुख शख्सियतां ने पंच प्यारे ते निशानची सिंघां नूं गुरु बख्शिश सरोपाओ दे के नवाजिया। इस मौके गुरु घर दे कीर्तनी जथियां ने गुरबाणी कीर्तन कीता ते श्रोमणी कमेटी दे मुख प्रचारक भाई जसविंदर सिंह शहूर ने गुरमत विचारां सांझियां कीतियां। भाई शहूर ने कहा कि 9वें पातशाह दा 400 साल प्रकाश पुरब समुची कौम वालों श्रद्धा भावना नाल मनाया जा रहा है, अते इसे संबंध विच आरंभ कीता गया नगर कीर्तन शताब्दी समागमां प्रति संगत अंदर प्रेरणा अते उत्साह पैदा कर रहा है। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦਿਓ ਆ ਗਿਆ। ਸਤਿ ਸ਼੍ਰੀ ਅਕਾਲ।